ਪਊਗਾ ਭਲੇਖਾ ਚੰਨ ਦਾ ਜਣੀ ਖਣੀ ਉੱਤੇ ਨਹੀਂ ਉਹ ਦਿਲ ਮਨ ਦਾ ਬਿਲਕੁਲ ਜੀ ਹਾਜ਼ਰ ਹੋ ਚੁੱਕੇ ਹੋ ਤੁਹਾਡੇ ਆਪਣੇ ਦੋਸਤ ਮਨਪ੍ਰੀਤ ਯੈਸ਼ ਟੀਵੀ ਤੇ ਤੁਹਾਨੂੰ ਦੱਸਣ ਦੇ ਲਈ ਕੀ ਚੱਲ ਰਿਹਾ ਜੀ ਪੋਲੀਵੁੱਡ ਦੀ ਦੁਨੀਆ ਤੇ ਖਾਸ ਵੈਸੇ ਦੋਸਤੋ ਤੁਹਾਡੇ ਲਈ ਖੁਸ਼ਖਬਰੀ ਹੈਗੀ ਹੈ ਜਿਹੜੇ ਨਾ ਨਿਮਰਤ ਖਹਿਰਾ ਔਰ ਅੰਮ੍ਰਿਤ ਮਾਨ ਦੀ ਜੋੜੀ ਨੂੰ ਇਕੱਠੇ ਵੇਖਣਾ ਚਾਹੁੰਦੇ ਸੀ ਨਾ ਉਹਨਾਂ ਲਈ ਇਹ ਬਹੁਤ ਹੀ ਵੱਡੀ ਗੱਲ ਹੈਗੀ ਹੈ ਕਿਉਂਕਿ ਜੀ ਨਿਮਰਤ ਖਹਿਰਾ ਔਰ ਅੰਮ੍ਰਿਤ ਮਾਨ ਦਾ ਗਾਣਾ ਆਇਆ ਹੈ ਜੋ ਕਿ ਬਹੁਤ ਹੀ ਧਮਾਲਾ ਮਚਾ ਰਿਹਾ ਜੀ ਗਾਣਾ ਬਹੁਤ ਹੀ ਵਧੀਆ ਹੈ ਉਹਦੀ ਸਟੋਰੀ ਜਿਹੜੀ ਹੈ ਹਟ ਕੇ ਹੈਗੀ ਹੈ ਬਹੁਤ ਹੀ ਵਧੀਆ ਹੈਗਾ ਤੇ ਇਹ ਜਿਹੜੇ ਪਹਿਲਾਂ ਮੈਂ ਬੋਲ ਬੋਲੇ ਸੀ ਨਾ ਇਹ ਉਸੇ ਗਾਣੇ ਦੇ ਬੋਲ ਨੇ ਤੇ ਗਾਣਾ ਜਿਹੜਾ ਹੈ ਸਭ ਦੇ ਦਿਲਾਂ ਨੂੰ ਛੂ ਰਿਹਾ ਯੂਟਿਊਬ ਤੇ ਜੀ ਬਹੁਤ ਹੀ ਜ਼ਿਆਦਾ ਉਹਦੇ ਵਿਊ ਵਧੀ ਜਾ ਰਹੇ ਨੇ ਕਿਉਂਕਿ ਗਾਣੇ ਜਿਹੜੇ ਬੋਲ ਨੇ ਉਹ ਬਹੁਤ ਹੀ ਵਧੀਆ ਨੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਮੈਡਮ ਜੀ ਗਾਣੇ ਦਾ ਨਾਮ ਤੇ ਦੱਸੋ ਦੱਸ ਦਿੰਦੀ ਆ ਜੀ ਗਾਣੇ ਦਾ ਨਾਮ ਹੈ ਸੀਰਾ ਹੀ ਹੋ ਵੈਸੇ ਜੀ ਗਾਣਾ ਜਿਹੜਾ ਸੁਣ ਲਓਗੇ ਨਾ ਤੇ ਤੁਸੀਂ ਆਪਣੇ ਆਪ ਹੀ ਇਹ ਗਾਣੇ ਦਾ ਨਾਮ ਪਹਿਚਾਣ ਜਾਓਗੇ ਕਿ ਗਾਣਾ ਤੇ ਸੀਰਾ ਹੀ ਹੋਊਗਾ ਬਿਲਕੁਲ ਜੀ ਗਾਣੇ ਦੇ ਵਿੱਚ ਬਹੁਤ ਹੀ ਵਧੀਆ ਹੈਗਾ ਵੀ ਨਿਮਰਤ ਖਹਿਰਾ ਔਰ ਅੰਮ੍ਰਿਤ ਮਾਨ ਇੱਕ ਅਲੱਗ ਜਿਹੇ ਲੁੱਕ ਤੇ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਇਸ ਗਾਣੇ ਦੀ ਸਟੋਰੀ ਵੀ ਬੜੀ ਹਟ ਕੇ ਹੈਗੀ ਜੋ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਹੁਣ ਜੀ ਅਗਲੀ ਕਹਾਣੀ ਦੇ ਵੱਲ ਆਪਾਂ ਚੱਲ ਲੈਂਦੇ ਹਾਂ ਤੇ ਜਾਣ ਲੈਂਦੇ ਹਾਂ ਕਿ ਅਗਲੇ ਪਾਸੇ ਕੀ ਚੱਲ ਰਿਹਾ ਜੀ ਬਾਰਬੀ ਮਾਨ ਬਿਲਕੁਲ ਜੀ ਪੋਲੀਵੁੱਡ ਕਲਾਕਾਰ ਬਾਰਬੀ ਮਾਨ ਦਾ ਜੀ ਜਿਹੜਾ ਸਮਾਂ ਹੈ ਨਾ ਉਹ ਬਹੁਤ ਹੀ ਵਧੀਆ ਲੰਘ ਰਿਹਾ ਤੇ ਆਪਣੀ ਲਾਈਫ ਨੂੰ ਫੁੱਲ ਇੰਜੋਏ ਕਰ ਰਹੇ ਨੇ ਤੇ ਬਾਰਬੀ ਮਾਨ ਦੇ ਤੁਸੀਂ ਸਾਰਿਆਂ ਨੇ ਗਾਣੇ ਤਾਂ ਸੁਣੇ ਹੀ ਹੋਣੇ ਜਾਨ ਸੂਟ ਇਹਨਾਂ ਦੇ ਜਿੰਨੇ ਵੀ ਗਾਣੇ ਨੇ ਬਹੁਤ ਹੀ ਜ਼ਿਆਦਾ ਫੇਮਸ ਨੇ ਹੁਣ ਮੈਂ ਤੁਹਾਨੂੰ ਦੱਸਾਂ ਜੀ ਬਾਰਬੀ ਮਾਨ ਨੇ ਨਾ ਆਪਣੇ ਇੰਸਟਾ ਰੀਲ ਤੇ ਨਾ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਗਾਣਾ ਗਾਇਆ ਹੋਇਆ ਅਖਿਲ ਦਾ ਔਰ ਉਸ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਲੁੱਕ ਤੇ ਨਜ਼ਰ ਆ ਰਹੇ ਨੇ ਉਹਨਾਂ ਨੇ ਇੱਕ ਕਮੀਜ਼ ਤੇ ਨਾਲ ਹੀ ਨਾਲ ਜੀ ਬਲੇਜ਼ਰ ਪਾਇਆ ਹੋਇਆ ਹੈ ਬਲੂ ਕਲਰ ਦਾ ਜੋ ਕਿ ਉਹਦੇ ਵਿੱਚ ਬਹੁਤ ਹੀ ਵਧੀਆ ਲੱਗ ਰਹੇ ਨੇ ਹਲਕਾ ਹਲਕਾ ਉਹਨਾਂ ਨੇ ਮੇਕਅਪ ਵੀ ਕੀਤਾ ਹੋਇਆ ਵੈਸੇ ਜੀ ਉਹਨਾਂ ਨੂੰ ਜ਼ਿਆਦਾਤਰ ਆਪਾਂ ਸਿੰਪਲ ਲੁੱਕ ਤੇ ਵੇਖਦੇ ਹਾਂ ਔਰ ਸਿੰਪਲ ਲੁੱਕ ਵੀ ਉਹਨਾਂ ਤੇ ਬਹੁਤ ਹੀ ਜ਼ਿਆਦਾ ਜਚਦੀ ਹੈ ਤੇ ਨਾਲ ਨਾਲ ਜਿਹੜਾ ਹੁਣ ਇਹਨਾਂ ਨੇ ਨੋਰਮਲ ਜਿਹਾ ਲੁੱਕ ਬਿਊਟੀ ਦਾ ਲੁੱਕ ਦਿਖਾਇਆ ਹੈ ਨਾ ਉਹ ਵੀ ਇਹਨਾਂ ਤੇ ਬਹੁਤ ਹੀ ਜ਼ਿਆਦਾ ਫੱਬ ਰਿਹਾ ਵੇ ਤੇ ਇਹਨਾਂ ਨੇ ਆਪਣੀ ਜਿਹੜੀ ਇੰਸਟਾ ਤੇ ਰੀਲ ਸ਼ੇਅਰ ਕੀਤੀ ਹੈ ਉਹ ਗਾਣੇ ਤੇ ਕੀਤੀ ਹੈ ਜੀ ਅਖਿਲ ਦਾ ਵਿਚੋਲਾ ਜਿਹੜਾ ਗਾਣਾ ਹੈਗਾ ਉਹਦੇ ਤੇ ਇਹਨਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਸਭ ਦੇ ਦਿਲਾਂ ਨੂੰ ਛੂ ਰਹੀ ਹੈ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਇੱਕ ਹੋਰ ਨਵੀਂ ਗੱਲ ਜੀ ਬਿਲਕੁਲ ਸਹੀ ਅਗਲੇ ਪਲੇਟਫਾਰਮ ਤੇ ਆਪਾਂ ਚਲੇ ਜਾਂਦੇ ਹਾਂ ਗੱਡੀ ਤਾਂ ਸਾਡੀ ਟੁਰ ਪਈ ਹੈ ਤੇ ਹੁਣ ਹੌਲੀ ਹੌਲੀ ਜਾਣਕਾਰੀਆਂ ਮੈਂ ਤੁਹਾਨੂੰ ਦਿੰਦੀ ਜਾਵਾਂਗੀ ਕੀ ਚੱਲ ਰਿਹਾ ਹੈ ਪੋਲੀਵੁੱਡ ਦੀ ਦੁਨੀਆ ਦੇ ਵਿੱਚ ਹੁਣ ਤੁਹਾਨੂੰ ਦੱਸਾਂ ਜੀ ਕਾਕਾ ਦਾ ਨਾਮ ਕੌਣ ਨਹੀਂ ਜਾਣਦਾ ਜੀ ਜੋ ਕਿ ਬਹੁਤ ਘੱਟ ਸਮੇਂ ਤੇ ਨਾ ਬਹੁਤ ਹੀ ਵਧੀਆ ਸਿੰਗਰ ਬਣ ਗਏ ਉਹਨਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਬਣਾ ਲਿਆ ਉਹਨਾਂ ਦਾ ਇੱਕ ਗਾਣਾ ਆ ਚੁੱਕਿਆ ਪਹਿਲਾਂ ਤੁਸੀਂ ਉਹਨਾਂ ਦਾ ਗਾਣਾ ਸੁਣਿਆ ਹੋਣਾ ਕਹਿ ਲੈਂਦੇ ਟੈਂਪਰੇਰੀ ਪਿਆਰ ਹੋਰ ਬਹੁਤ ਹੀ ਉਹਨਾਂ ਦੇ ਗਾਣੇ ਸੀ ਲਿਬਾਸ ਜੋ ਕਿ ਸੁਪਰ ਡੁਪਰ ਹਿੱਟ ਹੋ ਰਹੇ ਸੀ ਤੇ ਹੁਣ ਉਹਨਾਂ ਦਾ ਇੱਕ ਹੋਰ ਗਾਣਾ ਆਇਆ ਵੇ ਗਾਣੇ ਦਾ ਨਾਂ ਕੀ ਹੈਗਾ ਜੀ ਗਾਣੇ ਦਾ ਨਾਂ ਹੈਗਾ ਜੀ ਧੁੰਦ ਦੀ ਖੁਸ਼ਬੂ ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਹੋ ਰਿਹਾ ਵੇ ਇੱਕ ਹੱਟ ਕੇ ਗਾਣਾ ਹੈਗਾ ਵੇ ਉਹਨਾਂ ਦੇ ਜਿੰਨੇ ਵੀ ਗਾਣੇ ਨੇ ਨਾ ਉਹਨਾਂ ਸਾਰਿਆਂ ਗਾਣੇ ਤੋਂ ਹੱਟ ਕੇ ਦੇ ਬੋਲ ਹੈਗੇ ਨੇ ਤੇ ਹੱਟ ਕੇ ਦੀ ਸਟੋਰੀ ਹੈਗੀ ਹੈ ਬਹੁਤ ਹੀ ਵਧੀਆ ਗਾਣਾ ਜ਼ਰੂਰ ਵੇਖਿਓ ਤੇ ਹੁਣ ਆਪਾਂ ਆ ਜਾਂਦੇ ਹਾਂ ਜੀ ਅੱਗੇ ਥੋੜ੍ਹਾ ਜਿਹਾ ਅੱਗੇ ਜਾ ਕੇ ਦੇਖਦੇ ਹਾਂ ਕੀ ਦਿਖਦਾ ਜੀ ਦਲਜੀਤ ਦੋਸਾਂਝ ਦੀ ਫਿਲਮ ਆ ਰਹੀ ਹੈ ਫਿਲਮ ਜੀ ਉਹਨਾਂ ਦੀ ਕਿਹੜੀ ਆ ਰਹੀ ਹੈ ਤੇ ਤੁਹਾਨੂੰ ਮੈਂ ਦੱਸ ਦੇਣੀ ਹਾਂ ਉਹ ਬਹੁਤ ਹੀ ਜਲਦੀ ਆ ਰਹੀ ਹੈ ਤੇ ਨਾਲ ਨਾਲ ਜੀ ਇਹਨਾਂ ਦੀ ਜਿਹੜੀ ਫਿਲਮ ਹੈ ਕਾਮੇਡੀ ਫਿਲਮ ਤੁਸੀਂ ਪਹਿਲਾਂ ਵੇਖੀ ਸੀ ਸੂਰਜ ਤੇ ਮੰਗਲ ਭਾਰੀ ਉਸ ਤੋਂ ਬਾਅਦ ਹੁਣ ਇਹਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਇਹਦੇ ਵਿੱਚ ਕੀ ਧਮਾਲ ਮਚਾਉਂਦੇ ਨੇ ਉਹ ਤੇ ਜੀ ਦੇਖ ਕੇ ਹੀ ਪਤਾ ਲੱਗੇਗਾ ਇਸ ਲਈ ਜੀ ਜਾਣਾ ਤੇ ਪੈਣਾ ਹੈ ਕਿ ਇਸ ਫਿਲਮ ਦੇ ਵਿੱਚ ਖਾਸ ਇਸ ਫਿਲਮ ਦਾ ਨਾਂ ਕੀ ਹੈਗਾ ਨਾਮ ਹੈਗਾ ਵੇ ਹੌਸਲਾ ਰੱਖ ਇਹਦੇ ਵਿੱਚ ਕੀ ਖਾਸ ਹੈ ਇਹ ਤੇ ਤੁਹਾਨੂੰ ਜਾ ਕੇ ਹੀ ਪਤਾ ਲੱਗੇਗਾ ਵੈਸੇ ਜੀ ਕਰੋਨਾ ਵਾਇਰਸ ਤੋਂ ਬਾਅਦ ਨਾ ਜਿੰਨੀ ਵੀ ਹਿੰਦੀ ਸਿਨੇਮਾ ਦੇ ਵਿੱਚ ਫਿਲਮਾਂ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਦਲਜੀਤ ਦੀ ਫਿਲਮ ਵੀ ਆਈ ਉਹ ਸੀ ਸੂਰਜ ਪੇ ਮੰਗਲ ਭਾਰੀ ਜੋ ਕਿ ਬਹੁਤ ਹੀ ਵਧੀਆ ਰਹੀ ਬਹੁਤ ਹੀ ਵਧੀਆ ਉਹਦੇ ਵਿੱਚ ਕਾਮੇਡੀ ਹੈਗੀ ਸੀ ਦੇਖਣ 'ਚ ਵੀ ਬਹੁਤ ਵਧੀਆ ਸੀ ਦਲਜੀਤ ਦੋਸਾਂਝ ਦਾ ਉਹਦੇ 'ਚ ਜਿੰਨਾ ਵੀ ਸੀਨ ਸੀ ਮਤਲਬ ਕਿ ਸਾਰੀ ਫਿਲਮ ਹੀ ਉਹਨਾਂ 'ਚ ਸੀ ਜਿੰਨੇ ਵੀ ਸੀ ਬਹੁਤ ਹੀ ਵਧੀਆ ਸੀ ਐਸੀ ਅੱਜ ਦੀ ਸਾਡੀ ਜਿਹੜੀ ਹੈ ਪੋਲੀਵੁੱਡ ਦੀ ਦੁਨੀਆ ਦੀ ਗੇੜੀ ਕੀ ਚੱਲ ਰਿਹਾ ਹੈ ਪੋਲੀਵੁੱਡ ਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਤੇ ਹੁਣ ਮੇਰਾ ਸਟੇਸ਼ਨ ਆ ਚੁੱਕਿਆ ਤੇ ਮੈਂ ਹੁਣ ਇੱਥੇ ਉਤਰ ਕੇ ਆਪਣੇ ਘਰ ਨੂੰ ਜਾ ਰਹੀ ਹਾਂ ਕੱਲ੍ਹ ਫਿਰ ਮਿਲਾਂਗੀ ਜੀ ਆਪਣੀ ਰੇਲ ਗੱਡੀ ਦੇ ਨਾਲ ਤੇ ਤੁਹਾਨੂੰ ਲੈ ਚੱਲਾਂਗੀ ਪੋਲੀਵੁੱਡ ਦੀ ਦੁਨੀਆ ਤੇ ਹੁਣ ਆਪਾਂ ਚੱਲੇ ਹਾਂ ਸਾਰੇ ਸਟੇਸ਼ਨਾਂ ਤੇ ਆਪਾਂ ਘੁੰਮ ਆਏ ਹਾਂ ਜੋ ਜੋ ਚੱਲ ਰਿਹਾ ਸੀ ਉਹ ਮੈਂ ਤੁਹਾਨੂੰ ਦੱਸ ਦਿੱਤਾ ਤੇ ਹੁਣ ਫਟਾਫਟ ਤੁਸੀਂ ਕੀ ਕਰਨਾ ਫਟਾਫਟ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਨਾਲ ਲਾਈਕ ਵੀ ਕਰਨਾ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਔਰ ਜੇਕਰ ਤੁਸੀਂ ਕੁਝ ਇਹਦੇ ਵਿੱਚ ਐਡ ਆਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ ਸਾਨੂੰ ਤੇ ਹੁਣ ਤੁਹਾਡੀ ਦੋਸਤ ਮਨਪ੍ਰੀਤ ਤੁਹਾਡੇ ਕੋਲ ਲੈਂਦੀ ਹੈ ਇਜਾਜ਼ਤ ਫਿਰ ਮਿਲਾਂਗੇ ਨਵੀਆਂ ਗੱਲਾਂ ਦੇ ਨਾਲ ਤੁਹਾਡੇ ਆਪਣੇ ਫੇਵਰਿਟ ਯੈਸ਼ ਟੀਵੀ ਚੈਨਲ ਤੇ ਸਤਿ ਸ਼੍ਰੀ ਅਕਾਲ।